खालसे की जन्म भूमि श्री आनंदपुर साहब विखे शुरू हुए खालसाई जाहो जलाल के प्रतीक कौमी त्यौहार होले महल्ले मुख रखते हुए वख वख जिले की संगत श्री आनंदपुर साहब जा रही है। माझे ते दुआबे की संगत का वड्डा हिस्सा गढ़शंकर रस्ते श्री आनंदपुर साहब नूं जा रहा है। संगतां दी भरमी आमद नूं मुख रखते हुए जिथे गढ़शंकर दे श्री आनंदपुर साहब रोड, हुशियारपुर रोड, बंगा रोड ते लंगर आरंभ हो गए हैं। उत्थे ही संगतां दी भरमी आमद अते जयकारियां दी गूंज विच गढ़शंकर दा श्री आनंदपुर साहब मार्ग पूरे खालसाई रंग विच रंगिया वेखण नूं मिल रहा है। स्कूटरां, मोटरसाइकलां, कारां, जीपां, ट्रैक्टर ट्रालियां, बसां, ट्रकां, घड़ूके अते वख वख प्रकार दे होर वाहनां राहीं संगतां श्री आनंदपुर साहब नूं जा रहीयां हन। कुछ दिन पहलां तों गई संगत दी वापसी भी कीती जा रही है। इत्थे संगत दी वड्डी गिणती विच आमद जिथे हैरान कर रही है, उत्थे होले महल्ले दे जोड़ मेले नूं लै के संगतां विच जोश भी भर रही है। ਹੋਲੇ ਮਹੱਲੇ 'ਤੇ ਜਾਂਦੀ ਔਰ ਆਉਂਦੀ ਹੋਈ ਸੰਗਤ ਨੂੰ ਸਾਰਿਆਂ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਹੋਵੇ ਅਤੇ ਪਰਮਾਤਮਾ ਕਰੇ ਇਸੇ ਤਰ੍ਹਾਂ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ। ਹੋਲੇ ਮਹੱਲੇ 'ਤੇ ਜਾਣ ਲੱਗੀਆਂ ਸੰਗਤਾਂ ਲਈ ਬੇਅੰਤ ਸੰਗਤਾਂ ਨੇ ਲੰਗਰ ਲਗਾਏ ਹੋਏ ਹਨ, ਜਿਨ੍ਹਾਂ ਦੇ ਵਿੱਚ ਸਾਡੇ ਪਿੰਡ ਕੁਕਵਾਲ ਤੋਂ ਵੀ ਫਰੂਟ ਚਾਟ ਦਾ ਲੰਗਰ ਜੋ ਪਿਛਲੇ 13 ਸਾਲਾਂ ਤੋਂ ਲਾਇਆ ਜਾ ਰਿਹਾ ਹੈ, ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹ ਪਿਛਲੇ 13 ਸਾਲਾਂ ਤੋਂ ਅਟੁੱਟ 2 ਦਿਨ ਦਾ ਲੰਗਰ ਚੱਲ ਰਿਹਾ ਜੀ। ਅਤੇ ਹੋਰ ਸਾਰੀ ਸੰਗਤ ਸਾਨੂੰ ਬੜਾ ਸਹਿਯੋਗ ਦਿੰਦੀ ਆ ਅਤੇ ਅਸੀਂ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਕਰਦੇ ਹਾਂ ਜਿਹੜੇ ਆਉਂਦੇ ਜਾਂਦੇ ਲੰਗਰ ਛਕਦੇ ਨੇ। ਅਸੀਂ ਬਾਬਾ ਜੀ ਹਰਚੋਵਾਲ ਤੋਂ ਚੱਲੇ ਹਾਂ, ਜਿਉਂ ਚੱਲੇ ਹਾਂ ਸ੍ਰੀ ਹਰਗੋਬਿੰਦਪੁਰ ਲੈਟਾਂ ਵਾਲਾ ਪੁਲ ਮਕੇਰੀਆਂ ਤੋਂ ਜਿਉਂ ਚੱਲਦੇ ਹੋਏ ਅਸੀਂ ਇੱਥੇ ਤੱਕ ਪਹੁੰਚੇ ਹਾਂ। ਮਹਾਰਾਜ ਇੰਨੀ ਕਿਰਪਾ ਵਾ ਗੁਰੂ ਦੀ, ਲੰਗਰ ਚੱਲ ਰਹੇ ਆ, ਸੰਗਤਾਂ ਬਹੁਤ ਸ਼ਰਧਾ ਨਾਲ ਸੰਗਤਾਂ ਦੇ ਕਰਨ ਰਹੀਆਂ ਵਾ, ਦਰਸ਼ਨ ਦਾਰ ਅਤੇ ਸ਼ਰਧਾਲੂ ਬਹੁਤ ਸੇਵਾ ਕਰ ਰਹੇ ਆ ਅਤੇ ਕਿਸੇ ਗੱਲ ਦੀ ਕਮੀ ਨਹੀਂ ਆ। ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਇੱਦਾਂ ਖਾਲਸੇ ਦੀ ਬਣਾਈ ਰੱਖੇ ਅਤੇ ਖਾਲਸੇ ਦੀ ਚੜ੍ਹਦੀ ਕਲਾ ਹੋਵੇ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਧ ਸਾਰੀ ਸਾਧ ਸੰਗਤ ਜੀ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਜੀ। ਗੜ੍ਹਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਰੋਡ 'ਤੇ ਹੋਲੇ ਮਹੱਲੇ ਸੰਗਤ ਜਾ ਰਹੀ ਹੈ ਜੀ। ਸੋ ਇਸੇ ਮੁੱਖ ਰੱਖਦੇ ਹੋਏ ਪਿੰਡ ਹਿੱਲਰਾਂ ਦੀ ਸਮੁੱਚੀ ਸੰਗਤ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਜੀ। ਗੁਰੂ ਜੀ ਦਾ ਲੰਗਰ ਅਟੁੱਟ ਵਰਤ ਰਿਹਾ ਜੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।